एक बहुत ही सत्कारयोग शख्सियत माता अजमेर कौर गरेवाल, पत्नी सरदार फ्रीडम फाइटर करतार सिंह गरेवाल, जिन्हां दा जन्म 1919 ईस्वी विच पिता झंग सिंह मान अते माता सदा कौर दी कुखों नाभा विखे होया। माता अजमेर कौर जी अपने पिछे 4 पुत्र 5 धियां अते समूह परिवार नू सदीवी विछोड़ा दे गए। उन्हां दे परिवार वल्लों उन्हां दी आत्मिक शांति वास्ते रखे गए श्री अखंड पाठ साहिब जी दे भोग गुरुद्वारा नाभा साहिब जीरकपुर विखे पाए गए अते अंतिम अरदास भी करवाई गई। इस मौके रागी सिंघा वल्लों विरागमय कीर्तन कीता गया। इस मौके धार्मिक अते राजनीतिक शख्सियतां ने माता अजमेर कौर गरेवाल जी नूं श्रद्धा दे फुल भेंट कीते अते आईयां होईयां सारियां ही संगतां दा धन्नवाद भी कीता।
ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਪਣੇ ਨਾਨਕਾ ਸੱਦੇ ਉੱਠ ਜਾਣੇ ਤੇ ਮਹਾਂਵਾਕ ਅਨੁਸਾਰ ਸਰਦਾਰਨੀ ਅਜਮੇਰ ਕੌਰ, ਪਤਨੀ ਸਰਦਾਰ ਕਰਤਾਰ ਸਿੰਘ ਜੀ, ਗਿਆਨੀ ਫਰੀਡਮ ਫਾਈਟਰ, ਜਿਨ੍ਹਾਂ ਨੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦੇ ਸਪਤਨੀ ਸਰਦਾਰ ਅਜਮੇਰ ਕੌਰ ਜੀ 6 ਮਈ ਨੂੰ ਇਸ ਸੰਸਾਰ ਨੂੰ ਚਲਾਉਣ ਹੈਗੇ। ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਜੋ ਅੱਜ ਪਾਠ ਦੇ ਭੋਗ ਪਾਏ ਗਏ ਹਨ, ਕੁਝ ਸਾਡੇ ਬਹੁਤ ਹੀ ਨਜ਼ਦੀਕੀ ਸੱਜਣ ਮਿੱਤਰ ਦੋਸਤ ਪਹੁੰਚੇ ਹੋਏ ਨੇ ਆਪਣੇ ਸ਼ਰਧਾ ਦੇ ਮੇਰੇ ਕੋਲ, ਜਿਹਦੇ ਸ਼ਰਧਾਂਜਲੀ ਸਮਾਰੋਹ ਵਿੱਚ ਇਕੱਤਰ ਹੋਏ ਸਾਰੇ ਹੀ ਬਜ਼ੁਰਗਾਂ ਅਤੇ ਭੈਣਾਂ ਦੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਵਾਂ 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 ਮੈਂ ਜਨਤ ਦਾ ਪਰਛਾਵਾਂ, ਬਚਪਨ ਨੇ ਮੁੜ ਕੇ ਮਿਲਣਾ ਨਾਨੀ, ਮਿਲਣਾ ਮੁੜ ਕੇ ਮਾਵਾਂ, ਜੋ ਕਿ ਸੱਚ ਹੈ, ਅਟਲ ਸੱਚਾਈ ਹੈ। ਜੋ ਬਜ਼ੁਰਗ ਕਹਿੰਦੇ ਉਹਦੇ ਮਾਤਾ ਦਾ ਸਤਿਕਾਰ ਹਮੇਸ਼ਾ ਕਰਨਾ ਠੀਕ ਹੈ, ਇਹਨਾਂ ਦਿਨ ਆਪਾਂ ਕਦੇ ਦੇਖ ਸਕਦੇ। ਕਹਿੰਦੇ ਮਾਂ ਦਾ ਰੁਤਬਾ ਸਭ ਤੋਂ ਉੱਚਾ, ਉੱਚਾ ਤੇ ਹੈ ਸੁੱਚਾ, ਸਾਡੇ ਸਭ ਤੋਂ ਸਤਿਕਾਰਯੋਗ ਮਾਤਾ ਅਜਮੇਰ ਕੌਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਅਜਮੇਰ ਕੌਰ ਜੀ 6 ਮਈ ਅਕਾਲ ਚਲਾਣੇ ਕਰਦੇ ਸਾਨੂੰ ਸਾਡੀ ਭੈਣ ਮੈਡਮ ਕਰਿਆ ਜੀ ਕਈ ਵਾਰੀ ਕਹਿੰਦੀ ਹੁੰਦੀ ਸੀ ਵੀ ਮੇਰੀ ਮਾਤਾ ਜੀ ਬਹੁਤ ਬਿਮਾਰ ਹੈਗੇ, ਪਰ ਉਹਨਾਂ ਨੇ ਉਹਦੀ ਬਿਮਾਰੀ ਲਈ ਹਰ ਕਿਸਮ ਦੀ ਦਵਾਈ ਬੂਟੀ ਜੋ ਵੀ ਉਹਦੀ ਸੇਵਾ ਕਰੀ, ਬਹੁਤ ਉੱਤਮ ਸੇਵਾ, ਕਿਉਂਕਿ ਜਿਹੜੀ ਮਾਂ ਪਿਓ ਦੀ ਸੇਵਾ ਹੈ ਇਹ ਸਾਰਿਆਂ ਨਾਲ ਇੱਕ ਵੱਡੀ ਸੇਵਾ, ਸਾਰੇ ਕੀਰਤਨ ਨਾਲ ਵੱਡੀ ਸੀ। ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੇ ਵਿੱਚ ਸਤਿਕਾਰਯੋਗ ਮਾਤਾ ਅਜਮੇਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਿਆ ਤੇ ਸਾਡੇ ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲਿਆ ਮੇਰਾ ਅਲਗਾ ਸਮੇਂ ਵਿੱਚ ਜਿਹੜੇ ਮਹਾਂਵਾਕ ਅਨੁਸਾਰ ਸਤਿਕਾਰਯੋਗ ਮਾਤਾ ਜੀ ਵੀ ਉਸ ਸਤਿਕਾਰ ਪੁਰਖ ਵੱਲੋਂ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਿਆ, ਕਿਉਂਕਿ ਮੇਰੇ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਮੈਨੂੰ ਦੱਸਿਆ ਕਿ ਪਰਿਵਾਰ ਇੱਕ ਬਹੁਤ ਨੇਕ ਪਰਿਵਾਰ ਹੈ ਜਿਹਨਾਂ ਦੀ ਜ਼ਿੰਦਗੀ ਦੇਸ਼ ਸੇਵਾ ਵਾਸਤੇ ਹੀ, ਸਮਾਜ ਵਾਸਤੇ ਹੀ ਵਿਚਰੀ ਹੈ, ਕਿਉਂਕਿ ਸਾਡੇ ਅੱਜ ਅਸੀਂ ਇੱਥੇ ਸਾਰੇ ਜਾਣੇ ਮਾਤਾ ਜਗਮੇਰ ਕੌਰ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਹਾਜ਼ਰ ਹੋਣ ਲਈ ਸ਼੍ਰੀਮਤੀ ਗਰੇਵਾਲ ਜੀ ਦੇ ਉਹਨਾਂ ਦਾ ਦੁੱਖ ਸਾਡੇ ਪੈਰੋਂ ਹੀ ਹੱਲ ਹੋ ਗਏ ਹਨ। ਮੈਂ ਸ਼੍ਰੀਮਤੀ ਜਸਵਿੰਦਰ ਕੌਰ ਗਰੇਵਾਲ ਜੀ ਦਾ ਉਹਨਾਂ ਵੱਲੋਂ ਸਾਰੇ ਨਵੀਆਂ ਸੰਗਤਾਂ ਦਾ ਬੇਹੱਦ ਧੰਨਵਾਦ ਕਰਦਾ। ਵਾਹਿਗੁਰੂ ਜੀ ਸ਼ਖਸੀਅਤ ਹਾਂਜੀ, ਮੈਂ ਜਸਵਿੰਦਰਪਾਲ ਗਰੇਵਾਲ, ਚੇਅਰਪਰਸਨ ਗਲੋਬਲ ਹਿਊਮਨ ਰਾਈਟਸ ਫਰੰਟ। ਮੈਂ ਅੱਜ ਜੋ ਵੀ ਕੁਛ ਹਾਂ, ਮੇਰੀ ਨਜ਼ਰ 'ਚ ਤਾਂ ਮੈਂ ਕੁਛ ਵੀ ਨਹੀਂ ਹੈ, ਪਰ ਮੇਰੇ ਚਾਹਣ ਵਾਲੇ, ਮੇਰੇ ਪਿਆਰੇ ਜਿਸ ਜਗ੍ਹਾ 'ਤੇ ਵੀ ਮੈਨੂੰ ਸਮਝਦੇ ਨੇ, ਉਹ ਮੈਂ ਆਪਣੀ ਇਸ ਮਾਂ ਦੀ ਬਦੌਲਤ ਹਾਂ। ਜਿਹੜੇ ਰਿਸ਼ਤੇ ਵਿੱਚ ਮੇਰੇ ਸੱਸ ਸੀ, ਪਰ ਮੇਰੀਆਂ ਫੀਲਿੰਗਸ ਨੂੰ, ਮੇਰੀਆਂ ਭਾਵਨਾਵਾਂ ਨੂੰ ਲੈ ਕੇ ਮੈਂ ਦੱਸ ਨਹੀਂ ਸਕਦੀ ਇਸ ਰਿਸ਼ਤੇ ਦਾ ਕੀ ਨਾਮ ਸੀ। ਬੇਸ਼ੱਕ ਅੱਜ ਉਹਨਾਂ ਦੀ ਉਮਰ ਬਹੁਤ ਸੋਹਣੀ ਸੀ, 94 ਸਾਲ ਦੀ। ਮੈਂ ਤਾਰ ਸਿੰਘ ਚਿੱਠਾ, ਡਰਾਈਵਿੰਗ ਗਰਲਸ ਬਠਿੰਡਾ,
पिंड चठेवाला में जो कि मेरे अज देश में सुख समारोह एकत्र हुए हैं मेरे सारे रिश्तेदार साख संबंधी दोस्त मित्र दूरों नेड़े चल गए मैं सब का धन्यवाद करता हाँ। मैं तार सिंह चिट्ठा रेजिडेंस मिस्टर बठिंडा पिंड चठेवाला तो जो कि मेरे अज देश में सुख समारोह एकत्र हुए हैं मेरे सारे रिश्तेदार साख संबंधी दोस्त मित्र दूरों नेड़े चल गए मैं सब का धन्यवाद करता हाँ। अते नाल ही साढ़े मेरे बड़े भैन जी जसविंदर गरेवाल जो कि गुरु मनुखी विकास दे आल इंडिया के चेयरपर्सन ने उन्होंने माता जी जो कि मदर इन लॉ माता जी मेरे कौर जी जो कि साढ़े विचार नहीं रहे जिन्हों का जन्म सन 1919 में सन 19 पिता सदा जग सिंह माता सदा कौर जी के कुखों मेरे घर में पैदा हुए 1919 जो कि साढ़े विचार उन्होंने अपने जीवन यात्रा शुरू करके साढ़े परिवार में और साढ़े भैन जी ने बहुत ही अज तक मूँह धी का रिश्ता जो कि माँ के धी ना वर के दिता साढ़े भैन जी जो कि उन्होंने विशेष छत्र छाया जो रही है असी उन्होंने उन्होंने देन कद भी शहीद नहीं दे सकते जो कि उन्होंने फादर साहब सर जंग सिंह जी हैडमास्टर रहे हैं माण परिवार का संबंध सन और नाभा विखे उन्होंने रेजिडेंस परिवार सारा नाभा विखे रह रहा है। उस तो बाद उन्होंने जो लाइफ तो अपने पैदाइश होने तो बाद जो उन्होंने जीवन गृहस्थी जीवन की शुरुआत हुई वो ज्ञानी सरदार करतार सिंह गरेवाल परिवार के जो कि फ्रीडम फाइटर के तौर पर जैतों के मोर्चे के उन्होंने अपनी आजादी घुलाटी के तौर पर उन्होंने शामिल हुए बहुत मल्ला मारिया ने और इस ही दिल्ली के जोड़ा कि इतिहास ट्रांसपोर्ट कंपनी के मालिक भी एम डी भी रहे और उन्होंने अपनी ट्रांसपोर्ट इस वे मौजूद चल रही है उन्होंने घर उन्होंने अपने चार पुत्रां तीन धियां ने जन्म दिता चार धियां ने जन्म दिता जो कि अजक कुछ परिवार उन्होंने ज़्यादातर परिवार उन्होंने जो कि अच्छा कनेडा में सैटल है कि जो उन्होंने आपकी गृहस्थी जीवन के बाद साहब करनी करतार सिंह जी के चले जाने के बाद साढ़े भैन जी जसविंदर कौर गरेवाल जो कि सन 84 तो बाद वो पंजाब के आ गए मोहाली में सैटल हुए और माता जी उन्होंने नाम और अज तक उन्होंने जो भी कदम साढ़े भैन जी ने दिते ने असी इस गल के सानू माण हासिल होया कि एक ऐसी धी जो कि नूह होने के नाते कदे भी उन्होंने नूह धी वाला रिश्ता नहीं रखा हमेशा उन्होंने अपनी धी को वध के रखा तो उन्होंने हमेशा ही अपने पुत्रों को रखा सानू फख्र है इस उन्होंने रिश्ते भी इस परिवार के अज तक जो उन्होंने किरिया जो कि सांभ संभाल के जो योगदान साढ़े भैन जी वालों पाया गया जिनी सेवा भी उन्होंने मतलब की उन्होंने असी ऋणी हाँ असी उन्होंने स्नेहा भी साढ़े समाज में देना चाहते हैं कि एक नूह धी वाला रिश्ता ही नहीं होंगे नूह धी जो नूह सस का रिश्ता गा वो एक नूह धी मतलब कि धी और सस नहीं जोड़ा कि धी माता के तौर पर मतलब कि रिश्ता बनाया जा सकता है जे अगर असी ये सोचाइए पर अजक समाज के जो कि साड़ी नवी नवी पीढ़ियां ने नशे के लड़कियों के पै चुकी ने हाँ जी मेरे दादी जी पूछनी अजमेर कौर गरेवाल
ਉਹਨਾਂ ਦਾ ਮੇਰਾ ਰਿਸ਼ਤਾ ਬਹੁਤ ਹੀ ਖੂਬਸੂਰਤ ਰਿਸ਼ਤਾ ਸੀ। ਸ਼ਾਇਦ ਰਿਸ਼ਤਾ ਸਿਰਫ ਦਾਦੀ ਅਤੇ ਪੋਤੀ ਦਾ ਦੁਨਿਆਵੀ ਤੌਰ 'ਤੇ ਕਹਿਣ ਨੂੰ ਆ ਜਾਂਦਾ ਹੈ, ਬਟ ਉਹ ਮੇਰੀ ਮਾਂ ਵਰਗੇ ਸੀ। ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਜ਼ਿਆਦਾ ਦੁਲਾਰ ਦਿੱਤਾ, ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਦੀ। ਬਸ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹ ਜਿੱਥੇ ਵੀ ਰਹਿਣ ਸਦਾ ਖੁਸ਼ ਰਹਿਣ, ਔਰ ਮੈਂ ਹਮੇਸ਼ਾ ਉਹਨਾਂ ਨੂੰ ਆਪਣੀਆਂ ਯਾਦਾਂ 'ਚ, ਆਪਣੀ ਜ਼ਿੰਦਗੀ ਦੇ ਹਰ ਮੁਕਾਮ 'ਤੇ ਉਹਨਾਂ ਨੂੰ ਯਾਦ ਕਰਦੀ ਰਹਾਂਗੀ। ਉਹ ਇੱਕ ਬਹੁਤ ਹੀ ਬਿਊਟੀਫੁਲ ਸੋਲ ਸੀ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਚਾਹੇ ਅਸੀਂ ਉਹਨਾਂ ਨੂੰ ਸੰਤ ਕਹਿ ਦੀਏ, ਚਾਹੇ ਅਸੀਂ ਉਹਨਾਂ ਨੂੰ ਇੱਕ ਖੂਬਸੂਰਤ ਇਨਸਾਨ ਕਹਿ ਦੀਏ, ਇਹ ਲਫ਼ਜ਼ ਉਹਨਾਂ ਲਈ ਬਹੁਤ ਹੀ ਛੋਟੇ ਨੇ। ਅੱਜ ਦੇ ਟਾਈਮ 'ਚ ਇਹੋ ਜਿਹੀ ਲੇਡੀ ਦਾ ਹੋਣਾ ਬਹੁਤ ਜ਼ਿਆਦਾ ਹੀ ਮੁਸ਼ਕਿਲ ਗੱਲ ਹੈ, ਪਰ ਮੈਂ ਆਪਣੇ ਦਾਦੀ ਜੀ ਨੂੰ ਹਮੇਸ਼ਾ ਹੀ ਹਰ ਜ਼ਰੇ ਜ਼ਰੇ 'ਚ, ਪਲ ਪਲ ਉਹਨਾਂ ਨੂੰ ਮਹਿਸੂਸ ਕਰਦੀ ਹਾਂ, ਕਰਦੀ ਰਹਾਂਗੀ। ਬੇਸ਼ੱਕ ਉਹ ਫਿਜ਼ੀਕਲ ਫੋਰਮ 'ਚ ਚਲੇ ਗਏ ਨੇ, ਪਰ ਮੇਰੀਆਂ ਸੋਚਾਂ 'ਚ, ਮੇਰੇ ਵਿਚਾਰਾਂ 'ਚ ਹਰ ਲੰਮਾ ਉਹ ਮੇਰੇ ਨਾਲ ਰਹਿਣਗੇ, ਔਰ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਉੱਤੇ ਰਹੇਗਾ। ਇਹ ਮੈਨੂੰ ਪਤਾ ਹੈ, ਕਿਉਂਕਿ ਉਹਨਾਂ ਨੇ ਜਾਣ ਲੱਗੇ ਵੀ ਮੈਨੂੰ ਆਸ਼ੀਰਵਾਦ ਹੀ ਦਿੱਤਾ ਸੀ। ਆਈ ਲਵ ਯੂ ਬੜੇ ਮਾਂ, ਆਈ ਵਿਲ ਆਲਵੇਜ਼ ਰਿਮੈਂਬਰ ਯੂ। ਮਾਰ
Thank you.
Thank you.
ਸਿਖਲਾਏ ਮਨ ਚੜ੍ਹਦੀ ਕਲਾ
ਬਾਣੀ ਆਪ ਆਪਣੀ ਪਰਵਾਜ ਕਾ ਕਾਲ ਨਾਲ ਸਗਲ ਜੰਜਾ ਸੁਖ ਅਟਲ ਪ੍ਰਸੇਵੀਆ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸੀਆ ਗੁਰੂ ਕੈ ਜਨ ਕੇ ਸੋਰਠ ਕੰਚਨ ਪਾਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ ਸੁਨੇਹਵਰ ਭੈ ਨਹੀਂ ਜਾ ਕੇ ਕੰਚਨ ਪਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਾਨਾ ਆਸਾ ਮਰਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੀਨੀ ਤੇਰੇ ਜੁਗਤ ਪਛਾਨੀ ਨਾਨਕ ਨੀਰ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜੇ ਨਰਕੋ ਕੀਨੀ ਤੇਰੇ ਜੁਗਤ ਪਛਾਨੀ ਨਾਨਕ ਨੀਰ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਉਪਜੋ ਸੋ ਪਿੜ ਸਹਿ ਪਰਉ ਆਜ ਕਾ ਕਾਲ ਨਾਨਕ ਹਰ ਗੁਣ ਗਾਏ ਦੇ ਸਾਖ ਸਗਲ ਗੰਜਾ ਦੇ ਮਹਾਂਭਾਗ ਅਨੁਸਾਰ ਸਰਕਾਰ ਨੇ ਅਜਮੇਰ ਕੌਰ ਸੁਪਤਨੀ ਗਿਆਨੀ ਕਰਤਾਰ ਸਿੰਘ ਜੀ ਫਰੀਡਮ ਫਾਈਟਰ ਸਮੂਹ ਗਰੇ ਪਰਿਵਾਰ ਨੇ ਗਰੇਵਾਲ ਪਰਿਵਾਰ ਵੱਲੋਂ ਮਾਤਾ ਅਜਮੇਰ ਕੌਰ ਦੀ ਮਿੱਠੀ ਖੇਤੀ ਕੀ ਯਾਦ ਵਿੱਚ ਉਹਨਾਂ ਨੇ ਗ੍ਰਹਿ ਵਿਖੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਭੋਗ ਤੋਂ ਬਾਅਦ ਪਵਿੱਤਰ ਸਥਾਨਾਂ 'ਤੇ ਬਿਰਾਜਮੀ ਕੀਰਤਨ ਹੋਇਆ ਹੈ। ਸਤਿਗੁਰ ਪਾਤਸ਼ਾਹ ਕਿਰਪਾ ਕਿਰਪਾ ਕਰਨ ਮਿਸ਼ਰੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਪਹਾੜਾਂ ਬੰਨਣ ਦੀ ਸਮਰੱਥਾ ਉਸਨੂੰ ਬੜੀ ਸੁਣੀ ਬਾਣੀ ਦਾ ਮਹਾਤਮ ਮਿਸ਼ਰੀ ਆਤਮਾ ਨੂੰ ਪ੍ਰਦਾਨ ਕਰੇ। ਪਰਿਵਾਰ ਵੱਲੋਂ ਪਹੁੰਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਪਣੇ ਨਾਨਕਾ ਸੱਦੇ ਉੱਠ ਜਾਏ ਅਤੇ ਮਹਾਂਵਾਕ ਅਨੁਸਾਰ ਸਰਦਾਰਨੀ ਅਜਮੇਰ ਕੌਰ ਪਤਨੀ ਸਰਦਾਰ ਕਰਤਾਰ ਸਿੰਘ ਜੀ ਗਿਆਨੀ ਫਰੀਡਮ ਫਾਈਟਰ ਜਿਨ੍ਹਾਂ ਨੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦੇ ਸਪਤਨੀ ਸਰਦਾਰ ਅਜਮੇਰ ਕੌਰ ਜੀ 6 ਮਈ ਨੂੰ ਇਸ ਸੰਸਾਰ ਨੂੰ ਚਲਾਉਣ ਹੈਗੇ। ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਜੋ ਅੱਜ ਪਾਠ ਦੇ ਭੋਗ ਪਾਏ ਗਏ ਹਨ, ਕੁਝ ਸਾਡੇ ਬਹੁਤ ਹੀ ਨਜ਼ਦੀਕੀ ਸੱਜਣ ਮਿੱਤਰ ਦੋਸਤ ਪਹੁੰਚੇ ਹੋਏ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਜੀਤਿੰਦਰ ਸਿੰਘ ਜੀ ਰੁਪਾਲ, ਜਿਹੜੇ ਕਿ ਗਲੋਬਲ ਹਿਊਮਨ ਰਾਈਟਸ ਕਮਿਸ਼ਨ ਦੇ ਅਹੁਦੇਦਾਰ ਨੇ, ਮੈਡਮ ਜਸਵਿੰਦਰ ਪਾਲ ਕੌਰ ਜੀ ਨਾਲ ਇਹਨਾਂ ਦੀ ਬੜੀ ਹੇੜਤ ਹੈ, ਬੜਾ ਸਤਿਕਾਰ ਹੈ ਅਤੇ ਆਮ ਮੰਚ 'ਤੇ ਜਾ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਜੀਤਿੰਦਰ ਸਿੰਘ ਜੀ ਰੁਪਾਲ। ਅਜਮੇਰ ਕੌਰ ਜੀ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਇਕੱਤਰ ਹੋਏ ਸਾਰੇ ਹੀ ਬਜ਼ੁਰਗਾਂ ਅਤੇ ਭੈਣਾਂ ਅਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਵਾਂ 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 ਮੈਂ ਜਨਤ ਦਾ ਪਰਛਾਵਾਂ, ਬਚਪਨ ਨੇ ਮੁੜ ਕੇ ਮਿਲਣਾ ਨਾ ਹੀ ਮਿਲਣਾ ਮੁੜ ਕੇ ਮਾਵਾਂ, ਜੋ ਕਿ ਸੱਚ ਹੈ, ਅਟਲ ਸੱਚਾਈ ਹੈ ਜੋ ਬਜ਼ੁਰਗ ਕਹਿੰਦੇ ਹੁੰਦੇ। ਮਾਤਾ ਦਾ ਸਤਿਕਾਰ ਹਮੇਸ਼ਾ ਕਰਨਾ ਠੀਕ ਹੈ, ਇਹਨਾਂ ਦਿਨ ਆਪਾਂ ਕਦੇ ਦੇ ਨਹੀਂ ਸਕਦੇ। ਕਹਿੰਦੇ ਮਾਂ ਦਾ ਰੁਤਬਾ ਸਭ ਤੋਂ ਉੱਚਾ, ਉੱਚਾ ਤੇ ਹੈ ਸੁੱਚਾ, ਸਾਡੇ ਸਭ ਤੋਂ ਸਤਿਕਾਰਯੋਗ ਮਾਤਾ ਅਜਮੇਰ ਕੌਰ
सुपत्नी ज्ञानी करतार सिंह गरेवाल जो कि स्वतंत्रता सेनानी रहे जिन्होंने जैतो के मोर्चे अपना अहम योगदान पाया। माता अजमेर कौर जी जो अच्छे साढ़े विचकार नहीं रहे पर उन्होंने आशीर्वाद मार्गदर्शन मैडम जसविंदर पाल गरेवाल जी ने हमेशा सानू मिलता रहेगा। असं यही हाँ मैडम गरेवाल जी ने कई बार सानू गल की कि मेरे माता जी बीमार चल रहे हैं तो मैं हूँ ग्लोबल मनुखी रिकायरमेंट टाइम की थान के दिशा निर्देश नहीं दे सकती हाँ मैं इन्होंने एक पल भी अकलिया नहीं छड़ सकती। मैं सदके जावा योजे ही लाडली होंगे जिन्होंने धी तो वर के अपना फर्ज पूरी तनदेही निभाया परमात्मा जो मंजूर होंगे हो ही रहा। मैडम गरेवाल जी जो कि ग्लोबल मनुखी रिकायरमेंट के चेयरपर्सन ने जो भी समाज भले के काम करते आ रहे हैं सिर्फ इन्ह माता जी की अगुवाई ही रही कद इन्होंने यह महसूस नहीं होने दिता कि तू मेरी नूह है हमेशा अपनी धी वांग थापड़ा देंगे तो कहते तू तो मेरा बीबा पुत है पुत हमेशा समाज के भले लिए अपना जी जान ला दी पुराने पैर की जवानी में सीधे रह पाओ तो इन्होंने बहुत ही लाडली इको एक लाडली धी पोतरी विजेंद्र कौर गरेवाल जो कि आस्ट्रेलिया विखे रह रहे थे तो उन्होंने जो पता लगे भी मेरे दादी जी बहुत बीमार हैं वो अपना सारा काम कर छड़ के इतने आए तो अपने उन्होंने अखीरी पलों साझा करते इतने इन्हों को रहे बाकी बहुत कुछ होरना कहना पाया मैं यही कहूँगा कि सलाम है योजी माता अजमेर कौर जी को जिन्होंने अपनी नूह धी तो वध के प्यार दिता तो सदके जी ऐसी धीरे दे जिन्होंने नूह तो वध के धी हुण अपनी माता अजमेर कौर जी के पाए पुरनिया से चलती आ रही है। अज मैडम गरेवाल जी तो माता अजमेर कौर जी के रूहों वाले प्यार तो सारी नौजवान पीढ़ी को मैं यही कहना चाहता कि सबक लैन की लड़ है कि सस से नूह के इस पवित्र रिश्ते की तंग में फुटकों को बचाने लिए हमेशा बड़िया का सत्कार करो तो रही जिंदगी का आनंद माणो। बाकी ममता दौरत हरिया भरिया बूढ़ी बूढ़ी शाम धुप्पा छह के शाम रखती है उसका नाम है मां। धन्यवाद जी। ਬੈਠੀ ਪਾਪ ਤੇ ਮੈਂ ਇਸ ਤੋਂ ਬਾਅਦ ਬੇਨਤੀ ਕਰਨਾ ਸਿੱਧੂ ਸਾਹਿਬ ਵੀ ਤਿਆਰ ਹੈ ਉਹ ਵੀ ਬੜੀ ਜਲਦੀ ਚ ਨੇ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਸਾਡੇ ਵਿੱਚ ਪਹੁੰਚਣਾ ਸੀ ਉਹ ਕਿਸੇ ਵਜ੍ਹਾ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਸਾਨੂੰ ਸੁਨੇਹਾ ਪਹੁੰਚ ਗਿਆ ਸਰਦਾਰ ਰਵੀਰ ਸਿੰਘ ਜੀ ਸਿੱਧੂ ਸਾਡੇ ਹਲਕਾ ਵਿਧਾਇਕ ਸਾਡੇ ਦਰਮਿਆਨ ਪਹੁੰਚੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ। ਰਜਿੰਦਰ ਸਿੰਘ ਜੀ ਬੈਠੀ ਪਾਪ ਉਹ ਆ ਕੇ ਆਪਣੀ ਸ਼ਹਾਦਤ ਪੁਰ ਪੇਸ਼ ਕਰਨ ਰਜਿੰਦਰ ਸਿੰਘ ਜੀ ਬੈਠੀ ਪਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਅਜਮੇਰ ਕੌਰ ਜੀ 6 ਮਈ ਅਕਾਲ ਚਲਾਣੇ ਕਰਦੇ ਸਾਨੂੰ ਸਾਡੀ ਭੈਣ ਮੈਡਮ ਗਰੇਵਾਲ ਜੀ ਕਈ ਵਾਰੀ ਕਹਿੰਦੀ ਹੁੰਦੀ ਸੀ ਵੀ ਮੇਰੀ ਮਾਤਾ ਜੀ ਬਹੁਤ ਬਿਮਾਰ ਹੈ ਪਰ ਉਹਨਾਂ ਨੇ ਉਹਦੀ ਬਿਮਾਰੀ ਲਈ ਹਰ ਕਿਸਮ ਦੀ ਦਵਾਈ ਬੂਟੀ ਜੋ ਵੀ ਉਹਦੀ ਸੇਵਾ ਕਰੀ ਬਹੁਤ ਉੱਤਮ ਸੇਵਾ ਕਿਉਂਕਿ ਜਿਹੜੀ ਮਾਂ ਪਿਓ ਦੀ ਸੇਵਾ ਹੈ ਇਹ ਸਾਰਿਆਂ ਨਾਲ ਇੱਕ ਵੱਡੀ ਸੇਵਾ ਸਾਰੇ ਕੀਰਤਨ ਨਾਲ ਵੱਡੀ ਸੇਵਾ। ਮਾਤਾ ਅਜਮੇਰ ਕੌਰ ਜੀ ਨੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਅਤੇ ਮੈਡਮ ਗਰੇਵਾਲ ਜੀ ਨੂੰ ਚੰਗੀ ਸਿੱਖਿਆ ਦਿੱਤੀ ਮਨੁੱਖਤਾ ਦੀ ਸੇਵਾ ਕਰਨ ਲਈ। ਆਪਣੇ ਬੱਚੇ ਤਾਂ ਹਰ ਕੋਈ ਪਾਲ ਲੈਂਦਾ ਚਿੜੀ ਜਾਨਵਰ ਵੀ ਪਾਲ ਲੈਂਦੇ ਨੇ ਪਰ ਸਾਰ ਉਹ ਜਿਹੜਾ ਲੋਕਾਂ ਦੇ ਬੱਚਿਆਂ ਦੀ ਸੇਵਾ ਕਰੇ ਉਹਨਾਂ ਨੂੰ ਸਿੱਧੇ ਰਸਤੇ ਪਾਵੇ ਉਹਨਾਂ ਨੂੰ ਪਾਲੇ ਇਹ ਚੰਦਵਤੀ ਹੁੰਦੇ ਨੇ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਨੇ। ਜਿਹੜੀ ਸਾਡੀ ਭੈਣ ਮੈਡਮ ਗਰੇਵਾਲ ਜੀ ਅੱਜ ਗਲੋਬਲ ਨਿਊ ਲਾਈਫ ਦੇ ਵਿੱਚ ਪੰਜਾਬ ਦੇ ਦਰਦਾਂ ਤੇ ਜਾ ਕੇ ਇੱਥੋਂ ਦੀ ਨੌਜਵਾਨੀ ਦੀ ਨਸ਼ਿਆਂ ਨੂੰ ਬਚਾਉਣ ਲਈ ਅਤੇ ਪੁੱਠੇ ਰਸਤੇ ਤੋਂ ਪਏ ਹੋਏ ਨੌਜਵਾਨਾਂ ਨੂੰ ਬਚਾਉਣ ਲਈ ਦਿਨ ਰਾਤ ਕੀ ਕਰ ਰਹੀ ਹੈ। ਅੱਜ ਸਾਡੀ ਭੈਣ ਨੂੰ ਬਹੁਤ ਵੱਡਾ ਇੱਕ ਬੋਝ ਪੈ ਰਿਹਾ ਹੈ ਕਿਉਂਕਿ ਪਹਿਲਾਂ ਸਾਡੀ ਮਾਤਾ ਜੀ ਘਰ ਹੁੰਦੇ ਸੀਗੇ ਇਹਨਾਂ ਨੂੰ ਕੋਈ ਫਿਕਰ ਨਹੀਂ ਸੀ ਹੁੰਦਾ ਜਦੋਂ ਮਾਤਾ ਜੀ ਉਹ ਬੱਚਿਆਂ ਕੋਲ ਹੁੰਦੇ ਸੀ। ਅੱਜ ਇਹਨਾਂ ਨੂੰ ਪੂਰੀ ਜ਼ਿੰਮੇਵਾਰੀ ਪੈ ਗਈ ਇੱਕ ਤਾਂ ਘਰ ਦੀ ਜ਼ਿੰਮੇਵਾਰੀ ਪੈ ਗਈ ਦੂਜੀ ਇਹ ਸਮਾਜ ਦੀ ਜ਼ਿੰਮੇਵਾਰੀ ਪੈ ਗਈ। ਪਰ ਅਸੀਂ ਹਮੇਸ਼ਾ ਮੈਡਮ ਜੀ ਤੁਹਾਡੇ ਨਾਲ ਹਰ ਵੇਲੇ ਤੁਹਾਡੇ
ਸਾਡੀ ਮਾਤਾ ਜੀ ਨੂੰ ਸ਼ਰਧਾ ਦੇ ਗੁਰ ਭੇਟ ਕਰਦਾ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਮਾਣ ਬਖਸ਼ੀ ਅਤੇ ਸਾਡੇ ਮੈਡਮ ਕਲਿਆਲ ਦੇ ਪਰਿਵਾਰ ਨੂੰ ਬਲ ਬੁੱਧੀ ਬਖਸ਼ੀ ਸੁੱਖ ਸ਼ਾਂਤੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ ਨੂੰ ਉਹਨਾਂ ਦੇ ਬੜੇ ਜ਼ਰੂਰੀ ਲਈ ਨੇ ਸਿੱਧੂ ਸਾਹਿਬ ਵੀ ਆ ਕੇ ਆਪਣੀ ਸ਼ਰਧਾ ਦੇ ਫੁੱਲ ਸਾਡੇ ਮਾਤਾ ਜੀ ਨੂੰ ਭੇਟ ਕਰਨ। ਸਰਦਾਰ ਬਲਵੀਰ ਸਿੰਘ ਜੀ ਸਿੱਧੂ ਹਲਕਾ ਵਧਾਇਕ ਬਹੁਤ ਹੀ ਸਤਿਕਾਰਯੋਗ ਸਾਹਿਬੇ ਜਮਾਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਕਾਰਯੋਗ ਮਾਤਾ ਅਜਮੇਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰੇ ਅਤੇ ਸਾਡੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਰੇ ਹੀ ਦੇ ਨਾਲ ਉਹਨਾਂ ਦੀ ਗੱਲਾਂ ਵਾਸ ਕੈਸਾ ਮਰਨਾ ਹੋਵੇ ਇਹ ਕਿਸੇ ਨੂੰ ਕੁਛ ਨਹੀਂ ਪਤਾ ਕਿ ਮੌਤ ਕਦੋਂ ਦੇ ਕਿਹੜੇ ਕਿੱਥੇ ਆਉਣੀ ਹੈ ਕਿਸ ਦਾ ਹਾਲਤ ਵਿੱਚ ਆਉਣੀ ਹੈ। ਪਰ ਇੱਕ ਅਟਲਸ ਹੈ ਮਨ ਲਿਖਾਏ ਬਣ ਪਿਆ ਜਿਹੜਾ ਪਤਾ ਚੱਲ ਜਾਂਦਾ ਆਪਣੀ ਮੌਤ ਨਾਲ ਪਰ ਸਿੰਘ ਕੁਮਾਰ ਵੱਲ ਕਦੇ ਰਾਮ ਗਿਓ ਰਾਮ ਗਿਆ ਭਗਵਾਨ ਕੌਣ ਨਾਲ ਕਦੇ ਸੁਪਨੇ ਸੰਸਾਰ ਇਹ ਸੰਸਾਰ ਇੱਕ ਸੁਪਨੇ ਦੇ ਨੇ ਜਿਹੜਾ ਸਾਰੇ ਦੇ ਆਉਂਦਾ ਹੈ ਔਰ ਜਿਹੜਾ ਸਫ਼ਰ ਹੈ ਜ਼ਿੰਦਗੀ ਦਾ ਉਹ ਇੱਕ ਸੁਪਨਾ ਕਿਹਾ ਗਿਆ ਕੋਈ ਵੱਡਾ ਦਾ ਕੋਈ ਛੋਟਾ ਦਾ ਹੈ। ਪਰ ਬਹੁਤ ਸਾਰੇ ਇਨਸਾਨ ਉਹ ਨਾਮੀ ਪੌਦੇ ਲੋਕਾਂ ਨਾਲ ਵੀ ਚਲੇ ਜਾਂਦੇ ਉਸ ਐਸੇ ਸ਼ਖਸੀਅਤਾਂ ਜਿਹੜੀ ਐਸੇ ਸੰਸਾਰ 'ਚ ਪੈਦਾ ਹੁੰਦੀਆਂ ਨੇ ਜਿਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਜਾਣਿਆ ਜਾਂਦਾ ਹੈ। ਮਾਤਾ ਜਗਮੇਰ ਕੌਰ ਜੀ ਨੂੰ ਉਹਨਾਂ ਦੇ ਪਤੀ ਸਰ ਕਰਤਾਰ ਸਿੰਘ ਗਰੇਵਾਲ ਜਿਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ ਬੜਾ ਵੱਡਾ ਯੋਗਦਾਨ ਪਾਇਆ ਪੰਜਾਬੀ ਸੰਗਰਾਮੀ ਰਹੇ ਅੱਜ ਆਪਾਂ ਯਾਦ ਕਰਦੇ ਜੇਕਰ ਅੱਜ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਜੁਲਦੇ ਬੈਠ ਕੇ ਪੂਰੀ ਆਜ਼ਾਦੀ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਰਹੇ ਹਾਂ ਤਾਂ ਉਹਨਾਂ ਦੇ ਵਿੱਚ ਵੀ ਆਜ਼ਾਦੀ ਹੈ ਉਹਨਾਂ ਦੇ ਕੁਰਬਾਨੀਆਂ ਦਾ ਸਦਕਾ ਅਸੀਂ ਸਾਰੇ ਆਜ਼ਾਦ ਪਿੰਡਾਂ ਦੇ ਵਿੱਚ ਘੁੰਮ ਰਹੇ। ਪਰ ਉਹਨਾਂ ਨੂੰ ਵੀ ਘਰਾਂ ਦੇ ਵਿੱਚੋਂ ਜੇਕਰ ਸਹਿਯੋਗ ਨਾ ਹੁੰਦਾ ਜਿਹੜੀ ਆਪਣਾ ਉਸਦੇ ਪਤਨੀਆਂ ਸੀ ਜੇ ਉਹਨਾਂ ਨੂੰ ਸਹਿਯੋਗ ਦਿੰਦੇ ਵੀ ਸ਼ਾਇਦ ਉਹ ਵੀ ਐਡਾ ਵੱਡਾ ਕੰਮ ਨਾ ਕਰ ਸਕਦੇ। ਇਸ ਲਈ ਇਹੋ ਜਿਹੇ ਸੱਜਣ ਇਹੋ ਜਿਹੇ ਇਨਸਾਨ ਜਿਹੜੇ ਕਿ ਸੰਸਾਰ ਦੇ ਵਿੱਚ ਦੂਜਿਆਂ ਦੇ ਪੈਦਾ ਹੁੰਦੇ ਨੇ ਉਹਨਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਅੱਜ ਇੱਥੇ ਮਾਤਾ ਅਜਮੇਰ ਕੌਰ ਨੂੰ ਆਪਾਂ ਸ਼ਬਦ ਤੌਰ ਭੇਟ ਕਰ ਰਹੇ ਤੱਤਰਿਆਂ ਉੱਥੇ ਸੀ ਉਸ ਸਰਦਾਰ ਕਰਤਾਰ ਸਿੰਘ ਗਰੇਵਾਲ ਨੂੰ ਵੀ ਸਲੂਟ ਕਰਦੇ ਜਿਹਨਾਂ ਦੇ ਬਦੌਲਤ ਅਸੀਂ ਸਾਰੇ ਜਨਤਾ ਗੱਲ ਪਾੜ ਰਹੇ ਹਾਂ। ਮੈਂ ਮੈਡਮ ਗਰੇਵਾਲ ਜੋ ਕਿ ਸਾਡੇ ਫੌਜ ਦੇ ਕਾਫੀ ਸੀਨੀਅਰ ਲੀਡਰ ਨੇ ਔਰ ਬੜਾ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਔਰ ਤਕਰੀਬਨ ਸਾਡੇ ਪਾਰਟੀ ਦੇ ਬਹੁਤ ਸਾਰੇ ਪੰਚ ਸਰਪੰਚ ਇਲਾਕੇ ਦੇ ਇਸ ਜ਼ਿਲ੍ਹੇ ਦੇ ਇੱਥੇ ਪਹੁੰਚੇ ਹੋਏ ਨੇ। ਇਸ ਲਈ ਇਹੋ ਜਿਹੇ ਪ੍ਰੋਗਰਾਮ ਜਦੋਂ ਘਟਨਾ ਵਾਪਰਦੀ ਹੈ ਉਦੋਂ ਜ਼ਰੂਰ ਸਾਰੇ ਇਲਾਕੇ ਤੋਂ ਪ੍ਰੋਗਰਾਮ ਰਹਿ ਗਏ ਇਸ ਤੋਂ ਸ਼੍ਰੀ ਗੁਰਦੁਆਰਿਆਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਸ ਜ਼ਿਲ੍ਹੇ ਦਾ ਛੋਟਾ ਸੇਵਾ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਸੁੱਚੀ ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਮਾਤਾ ਦਾ ਬਿਲਸਰ ਵੱਲੋਂ ਉਸ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਅਤੇ ਵਾਹਿਗੁਰੂ ਦੇ ਚਰਨਾਂ ਨੂੰ ਸ਼ਰਧਾ ਸੱਚੇ ਪਾਤਸ਼ਾਹ ਨੂੰ ਪ੍ਰਚਾਰਾਂ ਦੇ ਦਰਵਾਸ ਬਖਸ਼ੋ ਅਤੇ ਸਾਨੂੰ ਸਾਰਿਆਂ ਨੂੰ ਇਹ ਪਹਾੜਾ ਬਣਨ ਦਾ ਮਨ ਬਖਸ਼ੋ ਅਤੇ ਮੈਂ ਖਾਸ ਤੌਰ 'ਤੇ ਮੈਡਮ ਗਰੇਵਾਲ ਨੂੰ ਵਿਸ਼ਵਾਸ ਕਰਨਾ ਕਿ ਜੋ ਵੀ ਕੋਈ ਤੁਹਾਡੇ ਪਰਿਵਾਰ ਦੇ ਜ਼ਿੰਮੇਵਾਰੀ ਜੋ ਅਸੀਂ ਤੁਹਾਡੇ ਕੰਮਾਂ ਸਾਹਿਬ ਵਿੱਚ ਜ਼ਰੂਰ ਵੱਡੇ ਹਾਜ਼ਰਾਂ ਪੈਸਾ ਦੀ ਸ਼ਕਲ ਦਾ ਬਹੁਤ ਬਹੁਤ ਧੰਨਵਾਦ ਕਰਾਂ ਅਤੇ ਫਤਿਹ ਕਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜਾ ਹੋਰ ਬੜੇ ਜ਼ਰੂਰੀ ਜਾਣਾ ਹੈ ਇਸ ਲਈ ਸਾਰਿਆਂ ਸਾਨੂੰ ਮਾਣ ਹੈ ਸਾਡੇ ਇਸ ਵਧਾਈ ਦੇ ਉੱਤੇ ਜਿਹੜੇ ਕਿ ਸਾਡੇ ਬਿਨਾਂ ਬੁਲਾਏ ਸਾਡੇ ਕੋਲ ਹਾਜ਼ਰ ਨੇ। ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ ਤੁਸੀਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ। ਅਤੇ ਹੁਣ ਮੈਂ ਬੇਨਤੀ ਕਰਦਾ ਦੋ ਮਿੰਟਾਂ ਲਈ ਸਤਿ ਸ੍ਰੀ ਅਕਾਲ ਜੀ ਬਾਦਸ਼ ਉਹ ਵੀ ਮੰਚ ਤੇ ਆਉਣ ਅਤੇ ਆ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਤਿ ਸ੍ਰੀ ਅਕਾਲ ਜੀ ਬਾਦਸ਼। ਮੇਰੇ ਬਜ਼ੁਰਗ ਮੇਰੇ ਜੀਵੋ ਅੱਜ ਅਸੀਂ ਸਾਡੀ ਮਾਤਾ ਅਜਮੇਰ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।
ਜੋ ਕਿ ਆਪਣੇ ਸੰਸਾਰ ਦੀ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਿਆ। ਕਿਉਂਕਿ ਮੇਰੇ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਮੈਨੂੰ ਦੱਸਿਆ ਕਿ ਪਰਿਵਾਰ ਇੱਕ ਬਹੁਤ ਨੇਕ ਪਰਿਵਾਰ ਹੈ ਜਿਨ੍ਹਾਂ ਦੀ ਜ਼ਿੰਦਗੀ ਦੇਸ਼ ਸੇਵਾ ਵਾਸਤੇ ਹੀ ਸਮਾਜ ਵਾਸਤੇ ਹੀ ਵਿਚਰੀ ਹੈ। ਕਿਉਂਕਿ ਸਾਡੇ ਬਜ਼ੁਰਗ ਸਾਡੇ ਬਾਪੂ ਜੀ ਸਰਦਾਰ ਕਰਤਾਰ ਸਿੰਘ ਜੀ ਦੇਸ਼ ਵਾਸਤੇ ਹੀ ਸੇਵਾ ਕਰਕੇ ਗਏ। ਮਾਣ ਹੈ ਸਾਨੂੰ ਅਜਿਹੇ ਪਰਿਵਾਰ ਤੇ ਇਹਨਾਂ ਸ਼ਖਸੀਅਤਾਂ ਤੇ ਜਿਨ੍ਹਾਂ ਨੇ ਕਿ ਗਾਹ ਆਪਣੇ ਬੱਚੇ ਇਸੇ ਸੇਧ ਦੇ ਤੋਰੇ ਹਨ। ਸਾਨੂੰ ਮਾਣ ਹੈ ਸਾਡੇ ਮੇਰੀ ਭੈਣ ਬਹਿਤਾ ਤੁਸੀਂ ਜੇ ਯਕੀਨ ਮੰਨੋ ਮਤਲਬ ਮੈਂ ਗ੍ਰੰਥ ਸਾਹਿਬ ਦੀ ਜੋ ਪਾਠ ਕਰਕੇ ਤੁਹਾਨੂੰ ਦੱਸ ਰਿਹਾ ਕਿ ਗਰੇਵਾਲ ਮੇਰੇ ਘਰ ਦੇ ਭੈਣ ਬਣਾਏ ਹੋਏ ਆ। ਨਾਭੇ ਜਦੋਂ ਵੀ ਸਾਡੇ ਮੀਟਿੰਗ ਹੁੰਦੀ ਹੈ ਜਾਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਭਰੋਸਾ ਹੈ ਕਿ ਅਸੀਂ ਇਹਨਾਂ ਨਾਲ ਕਿਸ ਤਰ੍ਹਾਂ ਮਿਲ ਕੇ ਸਹਿਯੋਗ ਦਿੱਤਾ ਜਾਂ ਰੱਖਦੇ ਰਹਾਂਗੇ। ਸੋ ਐਮਐਲਏ ਸਾਹਿਬ ਨੇ ਪਹਿਲਾਂ ਇਹ ਦੱਸਿਆ ਕਿ ਜੋ ਸਾਡਾ ਪੰਜਾਬ ਹੈ ਅੱਜ ਕੱਲ੍ਹ ਕਿਸ ਤਰ੍ਹਾਂ ਗਲਤ ਤਰੀਕਿਆਂ ਦੇ ਚੱਲ ਰਿਹਾ ਹੈ ਨਸ਼ਿਆਂ ਦੇ ਚੱਲ ਰਿਹਾ ਹੈ। ਸਾਨੂੰ ਸਪੰਦ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਸਮੁੱਚੇ ਜਿੰਨੇ ਮੇਰੇ ਬਜ਼ੁਰਗ ਇੱਥੇ ਬੈਠੇ ਨੇ ਜਾਂ ਮੇਰੇ ਵੀ ਬੈਠੇ ਨੇ ਇਹ ਪੰਨ ਸੰਕਲਪ ਕਰਨ ਕਿ ਇਨਸਾਨ ਖਾਲਿਆਂ ਆਉਂਦਾ ਹੈ ਖਾਲਿਆਂ ਤੇ ਜਾਂਦਾ ਕਿਸੇ ਨਾਲ ਕੁਛ ਨਹੀਂ ਆਉਂਦਾ। ਸੋ ਇੱਕ ਦੇਸ਼ ਸੇਵਾ ਹੀ ਹੈ। ਸੋ ਜਿਹੜੀ ਸਾਡੀ ਸਮਾਜ ਪੀੜ੍ਹੀ ਨਿਕਲਦੀ ਜਾ ਰਹੀ ਹੈ ਉਸ ਨੂੰ ਅਸੀਂ ਬਚਾਈਏ। ਸੋ ਮੈਂ ਮੇਰੀ ਭੈਣ ਨੂੰ ਭਰੋਸਾ ਦਵਾਉਣਾ ਕਿ ਜਦੋਂ ਵੀ ਸਾਡੇ ਕਿਤੇ ਡਿਊਟੀ ਲਾਉਣਗੇ ਅਸੀਂ ਅੱਧੇ ਰਾਤ ਵੀ ਇਹਨਾਂ ਨਾਲ ਸਹਿਯੋਗ ਦੇਵਾਂਗੇ। ਸੋ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਕਿਉਂਕਿ ਰਿਸ਼ਤੇਦਾਰਾਂ ਨੇ ਭੈਣ ਭਾਈ ਨੇ ਦੂਰ ਦੁਰਾਡੇ ਜਾਣਾ ਹੁੰਦਾ ਹੈ। ਸੋ ਮੈਂ ਆਪਣੇ ਵੱਲੋਂ ਜਿਵੇਂ ਮੇਰੀ ਟੀਮ ਨਾਭੇ ਤੋਂ ਆਈ ਹੈ ਸਰਦਾਰ ਗੁਰਵਿੰਦਰ ਸਿੰਘ ਬੇਟੀ ਜੀ ਜੋ ਕਿ ਗਲੋਬਲ ਦੇ ਇੰਡੀਆ ਦੇ ਅਹੁਦੇਦਾਰ ਨੇ ਨਰਿੰਦਰ ਸਿੰਘ ਜੀ ਸੁਰਿੰਦਰਪਾਲ ਧੀਰ ਜੀ ਉਹ ਮੇਰੇ ਸਾਥੀ ਵੀ ਸਾਡੇ ਨਾਲ ਆਏ ਨੇ। ਸਾਡੇ ਸਾਰਿਆਂ ਵੱਲੋਂ ਅਸੀਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਸਮੁੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਜਨ ਤੇ ਕਿਸੇ ਜਨ ਬੈਠੇ ਨੇ ਮੇਰੇ ਮਾਤਾ ਭੈਣਾਂ ਕਿ ਹੇ ਬਾਪੂ ਮਾਤਾ ਨੂੰ ਆਪਣੇ ਚਰਨਾਂ ਚ ਬਿਰਾਜਮਾਨ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਬਾਦਸ਼ਾਹ ਸਾਡੇ ਦਰਮਿਆਨ ਇੱਥੇ ਪੰਜਾਬ ਦੇ ਕੋਨੇ ਕੋਨੇ ਤੋਂ ਮੈਡਮ ਜਸਵਿੰਦਰਪਾਲ ਕੌਰ ਜੀ ਦੀ ਬਦੌਲਤ ਸੰਗਤਾਂ ਪਹੁੰਚੀਆਂ ਹੈ। ਇਸੇ ਕੜੀ ਦੇ ਵਿੱਚ ਮੈਨੂੰ ਹੁਣੇ ਹੁਣੇ ਇੱਕ ਮੈਸੇਜ ਮਿਲਿਆ ਹੈ ਨਾਭੇ ਤੋਂ ਸਾਡੇ ਵੀਰ ਗੁਰਮੀਤ ਸਿੰਘ ਜੀ ਨੇ ਪਹੁੰਚਣਾ ਸੀ ਰਸਤੇ ਦੇ ਵਿੱਚ ਟ੍ਰੈਫਿਕ ਜਾਮ ਹੋਣ ਕਰਕੇ ਉਹ ਰੁਕ ਗਏ। ਨਾਭੇ ਤੋਂ ਸਾਡੇ ਵੀਰ ਹਰਵੀਰ ਸਿੰਘ ਜੀ ਢੀਕ ਸਾਹਿਬ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਅਤੇ ਤੁਸੀਂ ਸਾਰੇ ਪਹੁੰਚੇ ਹੋ। ਬਹੁਤ ਸਾਰੇ ਸ਼ੋਕ ਮਤੇ ਮੇਰੇ ਕੋਲ ਪਹੁੰਚੇ ਨੇ। ਇੱਕ ਵਿਸ਼ੇਸ਼ ਤੌਰ 'ਤੇ ਮੈਡਮ ਜਸਵਿੰਦਰ ਕੁਪਾਲ ਕੌਰ ਜੀ ਦੇ ਬਹੁਤ ਹੀ ਨਜ਼ਦੀਕੀ ਕੈਨੇਡਾ ਤੋਂ ਸ਼੍ਰੀਮਤੀ ਹਰਪ੍ਰੀਤ ਗਰੇਵਾਲ ਜੀ ਨੇ ਉਸ ਆਪਣੇ ਹਾਵ ਭਾਵ ਇਸ ਕਵਿਤਾ ਦੇ ਰੂਪ ਦੇ ਵਿੱਚ ਭੇਜੇ ਨੇ। ਮੈਂ ਚਾਹੁੰਦਾ ਉਹ ਹਾਵ ਭਾਵ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਹਰਪ੍ਰੀਤ ਗਰੇਵਾਲ ਜੀ ਨੇ ਜੋ ਸ਼ਬਦ ਭੇਜੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਕੈਨੇਡਾ ਤੋਂ ਪਹੁੰਚਣਾ ਸੀ ਉਹਨਾਂ ਨੇ ਪਰ ਕਿਸੇ ਵਜ੍ਹਾ ਕਰਕੇ ਨਹੀਂ ਪਹੁੰਚ ਸਕੇ। ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ, ਬਣ ਕੇ ਰਹੀ ਸੀ ਧੀ ਮੈਂ ਤੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ, ਬਣ ਕੇ ਰਹੀ ਸੀ ਮੈਂ ਧੀ ਮੈਂ ਤੇਰੀ, ਤੇਰਾ ਮਾਂ ਵਿਛੋੜਾ ਮੈਨੂੰ ਹਰ ਇੱਕ ਸਾਹ ਨਾਲ ਵੜ ਵੜ ਖਾਵੇ, ਤੇਰਾ ਮਾਂ ਵਿਛੋੜਾ ਮੈਨੂੰ ਹਰ ਇੱਕ ਸਾਹ ਨਾਲ ਵੜ ਵੜ ਖਾਵੇ, ਟੁਕੜੇ ਟੁਕੜੇ ਦਿਲ ਹੋ ਗਿਆ ਮਨ ਮੇਰਾ ਰੋਵੇ ਕੁਰਲਾਵੇ, ਪਲਾਂ ਵਿੱਚ ਤੂੰ ਛੱਡ ਗਈ ਸਾਨੂੰ ਆਏ ਕੈਸੀ ਝੱਕੜ ਮੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ। ਮਾਵਾਂ ਧੀਆਂ ਦੀ ਜੋੜੀ ਨੂੰ ਕਿਸ ਚੰਦਰੇ ਨੇ ਨਜ਼ਰ ਲਗਾ ਦੀ, ਘਰ ਦੀ ਰੌਣਕ ਘਰ ਦਾ ਚਾਨਣ ਚੰਦਰੀ ਹੋਣੀ ਦੂਰ ਭਜਾ ਦੀ। ਮਾਵਾਂ ਧੀਆਂ ਦੀ ਜੋੜੀ ਨੂੰ ਕਿਸ ਚੰਦਰੇ ਨੇ ਨਜ਼ਰ ਲਗਾ ਦੀ, ਘਰ ਦੀ ਰੌਣਕ ਘਰ ਦਾ ਚਾਨਣ ਚੰਦਰੀ ਹੋਣੀ ਦੂਰ ਭਜਾ ਦੀ। ਮੈਨੂੰ ਤਾਂ ਅਜੇ ਸੱਚ ਨਹੀਂ ਆਉਂਦਾ, ਮੈਨੂੰ ਤਾਂ ਅਜੇ ਸੱਚ ਨਹੀਂ ਆਉਂਦਾ, ਅੱਖੀ ਵੇਖ ਰਾਤ ਦੀ ਢੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਤੇਰੀ, ਪੋਤੀ ਤੇਰੇ ਸੰਕੇ ਤੇਰਾ। ਕਿਹਨੂੰ ਪੋਤੀ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਦਾਦਾ ਜੀ ਦਾਦੀ ਜੀ ਮੇਰੇ ਬਿਮਾਰ ਨੇ ਕੈਨੇਡਾ ਤੋਂ, ਉਹਨਾਂ ਤੋਂ ਵੀ ਆਪਣੇ ਆਪ ਨੂੰ ਰੋਕਿਆ ਨਹੀਂ ਲਿਆ, ਉਹ ਵੀ ਤੁਰੰਤ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਤੋਂ ਇੱਥੇ ਪਹੁੰਚੇ ਅਤੇ ਜਿੰਨਾ ਵੀ ਹੋ ਸਕਣ ਨੇ ਆਪਣੀ ਦਾਦੀ ਦੇ ਨਾਲ ਉਹ ਬਾਹਰ ਗੁਜ਼ਾਰੇ, ਉਹਨਾਂ ਦੀ ਜੋ ਸੇਵਾ ਕਰ ਸਕਦੇ ਸੀ ਕੀਤੀ। ਕਹਿੰਦੇ ਪੋਤੀ ਤੇਰੀ ਸੁਣ ਕੇ ਤੇਰਾ, ਭੱਜੀ ਆਈ ਭੱਜੀ ਵਿਦੇਸ਼ੋਂ ਆਈ, ਪੋਤਾ ਤੇਰਾ ਆ ਨਹੀਂ ਸਕਿਆ ਉਹਨੇ ਬਾਹਰ ਬਥੇਰੀ ਲਾਈ, ਗਲੇ ਮਹੱਲੇ ਸੋਗ ਪੈ ਗਿਆ ਸਭ ਆਖਣਾ ਲਾਈ ਮੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ, ਸੱਸ ਨਹੀਂ ਸੀ ਤੂੰ ਮਾਂ ਸੀ ਮੇਰੀ। ਆਪਣੇ ਹਿੱਸੇ ਦੀ ਦੁਨੀਆ, ਆਪਣੇ ਹਿੱਸੇ ਦੀ ਦੁਨੀਆ ਮੇਰੀ ਤੂੰ ਸੁਣੀ ਕਰ ਗਈ,
लोग कहते सस मर गई है पर मेरी तो मां ही मर गई। चंगे बन के नूहां ससा चंगिया बन के नूहां ससा करिए सांझ प्रीतम तेरी सस नहीं सी तू मां सी तेरी सस नहीं सी तू मां सी तेरी। ये प्रीत गरेवाल ने विशेष तौर पर कनेडा तो अपनी रचना भेजी ने। इस तो अलावा मैं पंजाब के कोने कोने चो शोक पते पहुंचे ने शिवालय नगर सुभाष समिति खन्ना तो शिवपुरी मोहल्ला वेलफेयर सोसायटी खन्ना तो अपना शोक मत उन्होंने भेजे रोटरी क्लब दिन रोटरी क्लब दिन इंटरनेशनल खन्ना उन्होंने भी अपना शोक मत भेजे। राजीव गांधी मेमोरियल ट्रस्ट खन्ना उन्होंने भी अपना शोक मत भेजे। ग्लोबल ह्यूमन राइट्स फ्रंट इन्होंने भी अपना शोक मत भेजे। ब्राह्मण सभा खन्ना इतों ही शोक मत सू प्राप्त हो ब्राह्मण सभा सेवा मंच शिवराम लीला क्लब नाभा तो सानू शोक पता प्राप्त हुआ। नाभा अंतरराष्ट्रीय ब्राह्मण सभा इतों भी सानू शोक पता प्राप्त हुआ। सरदार रजिंदर सिंह जी बैणीवाल किसान सभा वालों सानू शोक पता प्राप्त हुआ। हीरा महल धर्म सभा इतों सानू नाभा के शोक पता प्राप्त हुआ। सीनियर सिटीजन एंड पेंशन वेलफेयर इतों सानू शोक पता प्राप्त हुआ। सरदार श्री एस पी धीर इन्होंने भी सानू विशेष तौर पर शोक पत्र भेजे ने। असीं सारिआं दा बहुत बहुत धन्यवाद करते हैं। तो मैं हम बेनती करता हाँ सरदार गुरजंत सिंह जी चन्नी वो मंच ते आवन ते आ के सारे संगत दा धन्यवाद करन। तो मैं विशेष तौर पर समूह गरेवाल परिवार जट्ठा परिवार इन्हों के असी धन्यवाद करते हैं जिन्होंने सारे ही उत्तम किए रहे। गुरचरण सिंह जी चन्नी पहुंचे संगत का धन्यवाद कर सरदार गुरचरण सिंह देखो बहुत भाग फेरा उस दिन असि करिए जो हो रहे
ਸੱਚੇ ਪਾਤਸ਼ਾਹ ਕਿਰਪਾ ਕਰ, ਆਪਣੀ ਸੰਗਤੀ ਜੀ ਦੀ ਅਰਦਾਸ ਮਨਜ਼ੂਰ ਕਰ। ਅਜਮੇਰ ਕੌਰ ਨੂੰ ਆਪਣੇ ਚਰਨ ਵਾਸ ਬਖਸ਼, ਸਾਰੇ ਪਰਿਵਾਰ ਨੂੰ ਸੂਹ ਸੰਗਤ ਨੂੰ ਪਾਲਣ ਦਾ ਵਾਰ ਬਖਸ਼ਦੇ ਹੋਏ ਪਰਿਵਾਰ ਚੜ੍ਹਦੇ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਕੋਈ ਅਤੀ ਪਿੱਛੇ ਜਾਂਦੇ, ਸ਼੍ਰੀਮਤੀ ਸੁਪਾਲ ਕੌਰ ਜੀ ਸਰਹੰਦ ਤੋਂ ਪਹੁੰਚੇ ਸੀ, ਗੁਰੂ ਚਰਨ ਕੌਰ ਜੀ ਚੰਨੀ ਸੀਮਾ ਨਾਲ ਰਾਜ ਦੇ ਤੋਂ, ਉਹ ਵੀ ਸਾਡੇ ਵਿੱਚ ਪਹੁੰਚੇ ਨੇ। ਸਾਰਿਆਂ ਦਾ ਦੁਆਏ ਦੇ ਪਹਿਲ ਅੰਦਰ ਵਾਰ ਕਰਦੇ ਹਾਂ। ਤੁਸੀਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਸਾਡੇ ਦੁੱਖ ਨੂੰ ਹੌਲਾ ਕੀਤਾ, ਤੁਹਾਡਾ ਵਿਸ਼ੇਸ਼ ਤੌਰ 'ਤੇ ਇਸ ਮੰਚ ਉੱਤੇ ਬਹੁਤ ਬਹੁਤ ਧੰਨਵਾਦ। ਹਾਂਜੀ ਬੋਲ। ਹਾਂਜੀ, ਮੈਂ ਜਸਵਿੰਦਰਪਾਲ ਗਰੇਵਾਲ, ਚੇਅਰਪਰਸਨ ਗਲੋਬਲ ਹਿਊਮਨ ਰਾਈਟਸ ਫਰੰਟ। ਮੈਂ ਅੱਜ ਜੋ ਵੀ ਕੁਛ ਹਾਂ, ਮੇਰੀ ਨਜ਼ਰ 'ਚ ਤਾਂ ਮੈਂ ਕੁਛ ਵੀ ਨਹੀਂ ਹਾਂ, ਪਰ ਮੇਰੇ ਚਾਹਣ ਵਾਲੇ, ਮੇਰੇ ਪਿਆਰੇ ਜਿਸ ਜਗ੍ਹਾ 'ਤੇ ਵੀ ਮੈਨੂੰ ਸਮਝਦੇ ਨੇ, ਉਹ ਮੈਂ ਆਪਣੀ ਇਸ ਮਾਂ ਦੀ ਬਦੌਲਤ ਹਾਂ। ਜਿਹੜੇ ਰਿਸ਼ਤੇ ਵਿੱਚ ਮੇਰੇ ਸੱਸ ਸੀ, ਪਰ ਮੇਰੀਆਂ ਫੀਲਿੰਗਸ ਨੂੰ, ਮੇਰੀਆਂ ਭਾਵਨਾਵਾਂ ਨੂੰ ਲੈ ਕੇ ਮੈਂ ਦੱਸ ਨਹੀਂ ਸਕਦੀ ਇਸ ਰਿਸ਼ਤੇ ਦਾ ਕੀ ਨਾਮ ਸੀ। ਬੇਸ਼ੱਕ ਅੱਜ ਉਹਨਾਂ ਦੀ ਉਮਰ ਬਹੁਤ ਸੋਹਣੀ ਸੀ, 94 ਸਾਲ ਦੀ। ਬੇਸ਼ੱਕ ਉਹ ਆਪਣੀ ਸਾਰੀ ਜ਼ਿੰਦਗੀ ਬਹੁਤ ਅੱਛੀ ਬਿਤਾ ਕੇ ਗਏ ਨੇ, ਸਾਨੂੰ ਬਹੁਤ ਅੱਛਾ ਮਾਰਗਦਰਸ਼ਨ ਕਰਕੇ ਗਏ ਨੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲਣ ਦੀ, ਪਰ ਰਿਸ਼ਤੇ ਕਿਸੇ ਉਮਰ ਦੇ ਮੁਹਤਾਜ ਨਹੀਂ ਹੁੰਦੇ, ਨਾ ਹੀ ਰਿਸ਼ਤੇ ਕਿਸੇ ਨਾਮ ਦੇ ਮੁਹਤਾਜ ਹੁੰਦੇ ਨੇ। ਸਾਡੇ ਸਮਾਜ ਦੇ ਵਿੱਚ ਸੱਸ ਨੂੰਹ ਦੇ ਰਿਸ਼ਤੇ ਨੂੰ ਲੈ ਕੇ ਪੰਜਾਬੀ ਬੋਲੀਆਂ ਦੇ ਵਿੱਚ, ਗਾਣਿਆਂ ਦੇ ਵਿੱਚ ਕਈ ਤਰ੍ਹਾਂ ਦਾ ਨੈਗੇਟਿਵ ਇੱਕ ਪਹਿਲੂ ਪੇਸ਼ ਕੀਤਾ ਜਾਂਦਾ ਹੈ, ਪਰ ਅੱਜ ਮੈਨੂੰ ਉਹ ਸਾਰਾ ਕੁਝ ਝੂਠਾ ਲੱਗ ਰਿਹਾ, ਕਿਉਂਕਿ ਮੇਰੀ ਪ੍ਰੈਕਟੀਕਲ ਲਾਈਫ ਕੁਛ ਹੋਰ ਦੱਸਦੀ ਹੈ ਸੱਸ ਨੂੰਹ ਦੇ ਇੱਕ ਰਿਸ਼ਤੇ ਨੂੰ ਲੈ ਕੇ। ਅੱਜ ਇਸ ਰਿਸ਼ਤੇ ਨੂੰ ਲੈ ਕੇ ਮੈਂ ਆਪਣੇ ਮਦਰ ਦੇ ਲਈ ਸੱਸ ਵਰਡ ਯੂਜ਼ ਕਰਦੀ ਹਾਂ ਅਤੇ ਮੈਨੂੰ ਬੜਾ ਅਜੀਬ ਜਿਹਾ ਫੀਲ ਹੁੰਦਾ, ਮੈਨੂੰ ਲੱਗਦਾ ਮੈਂ ਡਿਸਰਿਸਪੈਕਟ ਕਰ ਰਹੀ ਹਾਂ ਉਹਨਾਂ ਦੀ ਸੱਸ ਵਰਡ ਯੂਜ਼ ਕਰਕੇ, ਕਿਉਂਕਿ ਮੈਨੂੰ ਇਸ ਮਾਂ ਨੇ ਹਮੇਸ਼ਾ ਬੀਬਾ ਪੁੱਤ, ਗੁੱਡਾ ਇਹਨਾਂ ਲਫਜ਼ਾਂ ਦੇ ਨਾਲ ਪੁਕਾਰਿਆ ਸੀ। ਮੈਂ ਆਪਣੇ ਕਿਸੇ ਰੁਝੇਵਿਆਂ ਤੋਂ ਆ ਰਹੀ ਹਾਂ ਤਾਂ ਉਹਨਾਂ ਨੂੰ ਇੰਤਜ਼ਾਰ ਹੁੰਦਾ ਸੀ ਮੈਂ ਜਦੋਂ ਵੀ ਆਉਣਾ, ਗੁੱਡਾ ਤੁਸੀਂ ਆ ਗਏ, ਮੈਂ ਕਿਤੇ ਜਾ ਰਹੀ ਹਾਂ, ਮੈਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਣਾ, ਮੈਨੂੰ ਲੱਗਣਾ ਕਿ ਸ਼ਾਇਦ ਮੈਂ ਵੱਡੇ ਤੋਂ ਵੱਡੀ ਜੰਗ ਵੀ ਫਤਿਹ ਕਰ ਜਾਂਗੀ, ਕਿਉਂਕਿ ਮੈਂ ਆਪਣੀ ਮਾਂ ਨੂੰ ਮਿਲ ਕੇ ਜਾ ਰਹੀ ਹਾਂ। ਫੀਲਿੰਗਸ, ਅਰਮਾਨ, ਬਹੁਤ ਦਿਲ ਕਰਦਾ ਬਹੁਤ ਕੁਛ ਸ਼ੇਅਰ ਕਰਾਂ ਤੁਹਾਡੇ ਸਾਰਿਆਂ ਨਾਲ, ਪਰ ਵਕਤ ਇਜਾਜ਼ਤ ਨਹੀਂ ਦਿੰਦਾ। ਹਾਂ, ਮੈਂ ਅੱਜ ਦੀ ਪੀੜ੍ਹੀ ਨੂੰ, ਸਾਡੇ ਸਮਾਜ ਨੂੰ, ਜਿੱਥੇ ਵੀ ਕਿਤੇ ਮੇਰੀ ਆਵਾਜ਼ ਜਾ ਰਹੀ ਹੈ, ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਅਗਰ ਅਸੀਂ ਆਪਣੀ ਸੋਚ ਨੂੰ ਬਦਲ ਲਈਏ, ਅਗਰ ਅਸੀਂ ਇਹਨਾਂ ਵਿਤਕਰਿਆਂ ਨੂੰ ਖਤਮ ਕਰ ਲਈਏ ਕਿ ਇਹ ਸਾਡੀ ਸੱਸ ਹੈ, ਇਹ ਸਾਡੀ ਨਣਦ ਹੈ, ਤਾਂ ਇਹ ਰਿਸ਼ਤੇ ਇੰਨੇ ਸੁਖਾਵੇ ਜੇ, ਇੰਨੇ ਪਿਆਰੇ ਜੇ ਹੋ ਜਾਂਦੇ ਆ ਕਿ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਬਤੀਤ ਹੋ ਗਈ। ਇੰਨਾ ਲੰਬਾ ਸਫ਼ਰ ਜ਼ਿੰਦਗੀ ਦਾ ਅੱਜ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੱਖ ਦੇ ਇੱਕ ਝਪਕੇ ਦੇ ਨਾਲ ਚਲਾ ਗਿਆ। ਸੋ ਮੈਂ ਅੱਜ ਦੀਆਂ ਬੱਚੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਬੇਟਾ ਤੁਸੀਂ ਇੱਕ ਬੇਟੀ ਬਣਨ ਦੀ ਕੋਸ਼ਿਸ਼ ਕਰੋ, ਇੱਕ ਮਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਮਾਂ ਜਿਸ ਨੇ ਆਪਣੇ ਬੱਚਿਆਂ ਨੂੰ ਪੈਦਾ ਕੀਤਾ, ਉਹਨਾਂ ਦੇ ਅਰਮਾਨ ਹੁੰਦੇ ਨੇ ਕੁਛ, ਉਹਨਾਂ ਦੇ ਆਪਣੇ ਕੁਛ ਮਲਾਰ ਹੁੰਦੇ ਨੇ, ਉਹਨਾਂ ਨੂੰ ਲੈਣਾ, ਉਸ ਲਾਡ ਨੂੰ ਲੈਣਾ, ਉਸ ਪਿਆਰ ਨੂੰ ਲੈਣਾ ਸਾਡੇ ਆਪਣੇ ਹੱਥ ਵਿੱਚ ਹੁੰਦਾ। ਇਸ ਦੇ ਨਾਲ ਮੈਂ ਇੱਕ ਮੈਸੇਜ ਉਹਨਾਂ ਮਾਵਾਂ ਲਈ ਵੀ ਦੇਣਾ ਚਾਹੁੰਦੀ ਹਾਂ ਜਿਹੜੀਆਂ ਮਾਵਾਂ ਇਹ ਭੁੱਲ ਜਾਂਦੀਆਂ ਨੇ ਜਦੋਂ ਬੱਚੇ ਨੂੰ ਵਿਆਹ ਦਿੱਤਾ ਜਾਂਦਾ ਕਿ ਇਹ ਸਾਡੀ ਨੂੰਹ ਹੈ,
नहीं, मेरी माँ ने तो कभी भी यह लफज नहीं लिया सी अपनी जुबान पर। पांच बेटियां सी उन्हां दियां जिहड़ियां अज विदेशों विच ने, तीन चार बेटे उन्हां दे जिहड़े विदेशों विच ने, पर मैं माण महसूस करदी हाँ कि उन्होंने अपने सारे बच्चों नालों ज़्यादा प्यार लाड मलार इस नाचीज नूं दित्ता। मैं बहुत खुशकिस्मत हूँ कि उस माँ को मैनूं इन्ना प्यार मिला। अगर वह अज सस बने होंगे तो मेरिया इन्ना अखा विच आंसू नहीं होने सी, और ये आंसू दिखावे दे नहीं है, आंसू तो मैं पब्लिक के सामने दिखा ही नहीं सकती क्योंकि साडा समाज कहिंदा है 95 साल दे होके गए ने सस ही तो सी नहीं। मैं अपने इस समाज नूं हाथ जोड़ के रिक्वेस्ट करती हाँ रिश्तों के पिछे ना जाओ, मैं अपने इस समाज नूं, मैं मेरिया बच्चियों, मैं उन्हां भैणां नूं जिहड़ियां अपने बेटे नूं ब्याहुण तों बाद सस बनन की कोशिश करदियां ने, मैं उन्हां नूं इह रिक्वेस्ट करती हाँ कि असी मावां बन के इन्हां बच्चियों नूं इक नाल लाइए। यह बच्चियां जरूर साडियां धीआं बन गईआं जिस तरह मेरी माँ ने मैनूं इक नाल लाया सी, मैनूं गुड्डा कह के बुलाया सी, इन्ने कलाड़ लड़ाए मैनूं याद आ। उन्हां दीआं लड़कियां ने कहना मेरिया ननाना ने मम्मा तुसीं ज़्यादा नहीं लाड़ लड़ा रहे, ज़्यादा नहीं बिगाड़ रहे तुसीं इहनूं, ते मम्मा ने कहना नहीं नहीं इह तां मेरा सियाणा पुत्ता, इह तां मेरा बीबा पुत्ता। सो प्लीज़ असीं कोशिश करिए, असीं भी माँ बनन की कोशिश करिए, और बच्चियां नूं भी चाहिए कि उन्हां मावां नूं अपनियां मावां समझो क्योंकि जम्मण वाली माँ नाल साडा रिश्ता बहुत थोड़े देर का होंदा। असी 18 साल 20 साल 22 साल 24 साल उस माँ को रहना होंदा पर बाकी की जिंदगी असी इस माँ को बतौड़ी होंदी है, जिस माँ की बदौलत सानू अगली जिंदगी मिलती है, सानू बच्चे मिलते हैं, सानू समाज के विच कोई रुतबा मिलता है, क्योंकि इन्हां दी बदौलत मेरे फादर इनला फ्रीडम फाइटर सीगे, वो भी इन्हां दी बदौलत इन्हां ने सपोर्ट की, उन्होंने वो आज़ादी की लहर के गए, नाभे की जेल के रहे नहरू जी के नाल, ये सारा कुछ इस मेरी माँ की बदौलत ही तो है। सो मेरा यह मैसेज सारे समाज के लिए है, उन्होंने बच्चियों लिए है, उन्होंने भैणों लिए है जिहड़ियां ससां बनन जा रही ने। बस इन्ना कहती हुई मैं माफ़ी की याचिका।